1761 ਦੇ ਵਿੱਚ ਅਹਿਮਦ ਸ਼ਾਹ ਉਬਦਾਲੀ ਨੇ ਜਦੋਂ ਪਾਣੀਪਤ ਦੀ ਲੜਾਈ ਲੜੀ ਉਹਦੇ ਵਿੱਚ ਮਰਹੱਟਿਆਂ ਦੇ ਨਾਲ ਲੜਾਈ ਲੜੀ ਇਹਨੇ ਜਿੱਤ ਪ੍ਰਾਪਤ ਕੀਤੀ ਹਿੰਦੁਸਤਾਨ ਦੀਆਂ ਔਰਤਾਂ ਨੂੰ ਲੁੱਟਿਆ ਗਿਆ ਇਹ ਲੁੱਟ ਕੇ ਵਾਪਸ ਚੱਲਿਆ ਹੈ ਉਸ ਸਮੇਂ ਲੋਕਾਂ ਨੇ ਪੁਕਾਰ ਕੀਤੀ ਕੋਈ ਹਿੰਦੁਸਤਾਨ ਦੇ ਵਿੱਚ ਐਸਾ ਸੂਰਮਾ ਨਹੀਂ ਹੈ ਜੋ ਸਾਡੀ ਧੀਆਂ ਦੀ ਇੱਜ਼ਤ ਬਚਾ ਸਕੇ ਜੰਗਲਾਂ ਦੇ ਵਿੱਚ ਬੈਠੇ ਹੋਏ ਸਿੰਘਾਂ ਦੇ ਕੋਲ ਜਦੋਂ ਖਬਰ ਪਹੁੰਚੀ ਸਿੰਘਾਂ ਨੇ ਹਿੰਦੁਸਤਾਨ ਦੀਆਂ ਧੀਆਂ ਭੈਣਾਂ ਦੀ ਰਖਵਾਲੀ ਕਰਨ ਦੇ ਲਈ ਜੋ ਕਰਦੇ ਆਏ ਨੇ ਸਿੰਘਾਂ ਨੇ ਨਾਲ ਦੀ ਨਾਲ ਜਕਾਰੇ ਛੱਡੇ ਅਤੇ ਪਤਾ ਲੱਗਿਆ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਖਜ਼ਾਨਾ ਲੁੱਟ ਕੇ ਲੈ ਕੇ ਜਾ ਰਹੀ ਹੈ ਇਹਨਾਂ ਨੇ ਹਮਲਾ ਕਰਕੇ ਉਹਨਾਂ 2200 ਅਬਲਾ ਹਿੰਦੁਸਤਾਨ ਦੀਆਂ ਨਾਰੀਆਂ ਨੂੰ ਬਚਾਇਆ ਹੀ ਨਹੀਂ ਉਹਨਾਂ ਨੂੰ ਉਹਨਾਂ ਦੇ ਘਰੋਂ ਘਰੀ ਛੱਡ ਕੇ ਆਉਂਦਾ ਜਿੱਥੋਂ ਕਹਾਵਤ ਹੋਈ ਸੀ ਰਨ ਗਈ ਬਸਰੇ ਨੂੰ ਗਈ ਮੋੜੀ ਬੇ ਬਾਬਾ ਕੱਛ ਵਾਲਿਆ ਇਹ ਸਾਡਾ ਕਿਰਦਾਰ ਸੀ ਅਬਦਾਲੀ ਨੂੰ ਜਦੋਂ ਪਤਾ ਲੱਗਿਆ ਇਹਨੇ ਪੁੱਛਿਆ ਐਸੇ ਕਿਹੜੇ ਸਿੰਘ ਨੇ ਕਿੱਦਾਂ ਦੇ ਹੁੰਦੇ ਨੇ ਸਿੰਘ ਮੈਨੂੰ ਪਤਾ ਲੱਗੇ ਜਿਹੜੇ ਸਿੰਘ ਮੇਰੇ ਫੌਜ ਦਾ ਮੁਕਾਬਲਾ ਕਰਨ ਦੀ ਜ਼ੁਰਤ ਰੱਖਦੇ ਨੇ ਅਤੇ ਮੇਰੇ ਕੋਲ ਉਹਨਾਂ ਸਿੰਘਾਂ ਦੇ ਸਿਰ ਵੱਢ ਕੇ ਪੇਸ਼ ਕੀਤੇ ਜਾਣ ਉਹਨਾਂ ਸਿੰਘਾਂ ਨੂੰ ਫੜ ਕੇ ਮੇਰੇ ਅੱਗੇ ਪੇਸ਼ ਕੀਤਾ ਜਾਵੇ ਇਹਦੇ ਆਦੇਸ਼ ਦੇ ਨਾਲ ਕਿੰਨੇ ਸਿੰਘਾਂ ਨੂੰ ਪਕੜਨ ਦੇ ਹੁਕਮ ਦਿੱਤੇ ਗਏ ਲਾਹੌਰ ਦੇ ਨੇੜੇ ਕਾਨਾ ਕਾਛਾ ਪਿੰਡ ਦੇ ਰਹਿਣ ਵਾਲੇ ਜਦੋਂ ਦੋ ਸਿੰਘਾਂ ਨੂੰ ਪਤਾ ਲੱਗਿਆ ਕਿ ਅਬਦਾਲੀ ਨੇ ਸਿੱਖਾਂ ਨੂੰ ਮਾਰਨ ਦੀ ਅੱਤ ਚੁੱਕੀ ਹੈ ਇਹਨਾਂ ਨੇ ਖੇਤਾਂ ਵਿੱਚ ਕੰਮ ਕਰਦਿਆਂ ਹੀ ਹੱਥਾਂ ਵਿੱਚ ਸ਼ਸਤਰ ਫੜੇ ਭਾਈ ਹਾਠੂ ਸਿੰਘ ਅਤੇ ਭਾਈ ਬਾਗੜ ਸਿੰਘ ਅਤੇ 8 ਸਿੰਘ ਹੋਰ ਲੈ ਕੇ ਇਹ ਅਬਦਾਲੀ ਦਾ ਹੀ ਸਿਰ ਵੱਢਣ ਤੁਰ ਪਏ ਅੱਗੇ ਅਹਿਮਦ ਸ਼ਾਹ ਅਬਦਾਲੀ ਦਾ ਭੇਜਿਆ ਹੋਇਆ ਫੌਜਦਾਰ ਬੁਲੰਦ ਖਾਂ ਨੇ ਸਿੰਘਾਂ ਨੂੰ ਰੋਕ ਲਿਆ ਕਹਿਣ ਲੱਗਿਆ ਕੌਣ ਹੋ ਤੁਸੀਂ ਕਿੱਥੇ ਚੱਲਿਓ ਅੱਗੋਂ ਹਾਠੂ ਸਿੰਘ ਅਤੇ ਬਾਗੜ ਸਿੰਘ ਨੇ ਗੜਕ ਕੇ ਕਿਹਾ ਕਹਿਣ ਲੱਗਿਆ ਅਸੀਂ ਅਬਦਾਲੀ ਦਾ ਸਿਰ ਵੱਢਣ ਚੱਲਿਆ ਉਸ ਸਮੇਂ ਮੁਗਲਾਂ ਵੱਲੋਂ ਘੇਰਾ ਪਾ ਕੇ ਹਾਠੂ ਸਿੰਘ ਅਤੇ ਬਾਗੜ ਸਿੰਘ ਨੂੰ ਪਕੜਿਆ ਗਿਆ ਹਾਠੂ ਸਿੰਘ ਅਤੇ ਬਾਗੜ ਸਿੰਘ ਨੂੰ ਪਕੜ ਕੇ ਅਬਦਾਲੀ ਦੇ ਸਾਹਮਣੇ ਪੇਸ਼ ਕੀਤਾ ਗਿਆ ਇਹਨਾਂ ਦੇ ਹੱਥਾਂ ਦੇ ਵਿੱਚ ਬੇੜੀਆਂ ਲੱਗੀਆਂ ਨੇ ਗਲਾਂ ਦੇ ਵਿੱਚ ਸੰਗਲ ਪਾਏ ਨੇ ਪੈਰਾਂ ਦੇ ਵਿੱਚ ਸੰਗਲਾਂ ਨਾਲ ਬੰਨਿਆ ਗਿਆ ਅਤੇ ਕਹਿਣ ਲੱਗੇ ਇਹਨਾਂ ਨੂੰ ਕਹਿੰਦੇ ਨੇ ਸਿੰਘ ਇਹ ਸਿੰਘ ਨੇ ਇਹ ਸੂਰਮੇ ਨੇ ਅੱਗੋਂ ਹਾਠੂ ਸਿੰਘ ਕਹਿਣ ਲੱਗੇ ਹਾਂ ਸਾਨੂੰ ਹੀ ਸਿੰਘ ਕਹਿੰਦੇ ਨੇ ਅਸੀਂ ਹੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਲਗੀਧਰ ਦੇ ਸਿੰਘ ਹੈ ਅਹਿਮਦ ਸ਼ਾਹ ਅਬਦਾਲੀ ਨੇ ਕਿਹਾ ਸਿੰਘੋ ਸਿੰਘ ਤਾਂ ਸ਼ੇਰ ਨੂੰ ਕਹਿੰਦੇ ਨੇ ਕੀ ਤੁਸੀਂ ਸ਼ੇਰ ਦਾ ਮੁਕਾਬਲਾ ਕਰ ਸਕਦੇ ਹੋ ਹਾਠੂ ਸਿੰਘ ਨੇ ਕਿਹਾ ਤੂੰ ਲੜਾ ਕੇ ਤਾਂ ਵੇਖ ਅਹਿਮਦ ਸ਼ਾਹ ਅਬਦਾਲੀ ਕਹਿੰਦਾ ਸ਼ੇਰ ਨਾਲ ਬਾਅਦ ਵਿੱਚ ਮੁਕਾਬਲਾ ਕਰਾਵਾਂਗਾ ਪਹਿਲਾਂ ਮੇਰੇ ਸ਼ੇਰ ਰੁਸਤਮ ਖਾਂ ਦੇ ਨਾਲ ਘੋਲ ਕਰੋ ਇੱਕ ਬਹੁਤ ਚੌੜਾ ਵੱਡਾ ਭਲਵਾਨ ਰੁਸਤਮ ਖਾਂ ਸੱਦਿਆ ਗਿਆ ਜਿਹੜਾ ਭਲਵਾਨੀ ਕਰਨ ਦੇ ਵਿੱਚ ਮਾਹਰ ਹੈ ਅਤੇ ਹਾਠੂ ਸਿੰਘ ਅਤੇ ਬਾਗੜ ਸਿੰਘ ਨੇ ਉਹਦੇ ਨਾਲ ਭਲਵਾਨੀ ਕੀਤੀ ਅਤੇ ਹਾਠੂ ਸਿੰਘ ਨੇ ਉਸ ਭਲਵਾਨ ਨੂੰ ਗੋਡਿਆਂ ਥੱਲੇ ਦੇ ਲਿਆ ਅਹਿਮਦ ਸ਼ਾਹ ਅਬਦਾਲੀ ਨੇ ਕਿਹਾ ਮੇਰੇ ਬੰਦੇ ਨੂੰ ਤੁਸੀਂ ਢਾ ਲਿਆ ਸ਼ੇਰ ਦਾ ਮੁਕਾਬਲਾ ਕਰਕੇ ਵਿਖਾਓ ਹਾਠੂ ਸਿੰਘ ਕਹਿਣ ਲੱਗਿਆ ਉਹ ਵੀ ਅਜ਼ਮਾ ਕੇ ਵੇਖ ਲਾ ਹਾਠੂ ਸਿੰਘ ਨੂੰ ਭੁੱਖੇ ਸ਼ੇਰ ਦੇ ਪਿੰਜਰੇ ਵਿੱਚ ਬੰਦ ਕੀਤਾ ਜਾਂਦਾ ਕਈ ਇਤਿਹਾਸਕਾਰ ਲਿਖਦੇ ਨੇ ਕੰਬਲ ਅਤੇ ਡੰਡੇ ਦੇ ਨਾਲ ਹੀ ਕੁੱਟ ਕੇ ਮਾਰਿਆ ਕਈ ਇਤਿਹਾਸਕਾਰ ਤਾਂ ਇਹ ਵੀ ਕਹਿੰਦੇ ਨੇ ਕਿ ਭੁੱਖੇ ਸ਼ੇਰ ਦੇ ਜਵਾੜੇ ਦੇ ਵਿੱਚ ਹੱਥ ਪਾ ਕੇ ਜਵਾਨ ਵਾਰ ਕੱਢ ਦਿੱਤੀ ਅਹਿਮਦ ਸ਼ਾਹ ਅਬਦਾਲੀ ਦਾ ਹਲੇ ਵੀ ਮਨ ਨਹੀਂ ਭਤੀਜਿਆ ਅਹਿਮਦ ਸ਼ਾਹ ਅਬਦਾਲੀ ਨੇ ਹਾਠੂ ਸਿੰਘ ਅਤੇ ਬਾਗੜ ਸਿੰਘ ਨੂੰ ਖੂਨੀ ਹਾਥੀ ਦੇ ਅੱਗੇ ਸਟਵਾ ਦਿੱਤਾ ਹਾਥੀ ਨੇ ਜਦੋਂ ਪੈਰ ਰੱਖਣਾ ਚਾਹਿਆ ਤਾਂ ਹਾਠੂ ਸਿੰਘ ਨੇ ਗੱਜ ਕੇ ਜਕਾਰਾ ਛੱਡਿਆ ਜਿਹਦੇ ਤੋਂ ਹਾਥੀ ਤ੍ਰੰਬਕ ਕੇ ਪਿੱਛੇ ਹੋਇਆ ਅਤੇ ਹਾਠੂ ਸਿੰਘ ਦੇ ਕੋਲ ਉੱਥੇ ਸਿੱਟੀ ਹੋਈ ਤਲਵਾਰ ਸੀ ਹੁਣ ਹਾਥੀ ਦਾ ਮੁਕਾਬਲਾ ਨੇਜੇ ਦੇ ਨਾਲ ਕੀਤਾ ਜਾਂਦਾ ਪਰ ਇੱਥੇ ਤਲਵਾਰ ਦੇ ਨਾਲ ਹਾਥੀ ਦਾ ਮੁਕਾਬਲਾ ਕੀਤਾ ਜਦੋਂ ਹਾਠੂ ਸਿੰਘ ਦੇ ਉੱਤੇ ਹਾਥੀ ਨੇ ਤਲਵਾਰ ਦਾ ਵਾਰ ਕਰਨਾ ਚਾਹਿਆ ਹਾਠੂ ਸਿੰਘ ਨੇ ਘੁੰਮ ਕੇ ਹਾਥੀ ਦੀ ਪੂੰਛ ਵੱਢੀ ਜਦੋਂ ਹਾਥੀ ਘੁੰਮ ਕੇ ਆਇਆ ਹਾਠੂ ਸਿੰਘ ਨੇ ਐਸਾ ਵਾਰ ਕੀਤਾ ਕਿ ਹਾਥੀ ਦੀ ਸੁੰਡ ਦੇ ਦੋ ਟੋਟੇ ਕਰ ਦਿੱਤੇ ਨਾਲ ਦੀ ਨਾਲ ਹਾਥੀ ਦੀਆਂ ਲੱਤਾਂ 'ਤੇ ਵਾਰ ਕਰਕੇ ਹਾਥੀ ਨੂੰ ਵੀ ਥੱਲੇ ਸਿੱਟਿਆ ਗਿਆ ਅਹਿਮਦ ਸ਼ਾਹ ਅਬਦਾਲੀ ਉੱਠ ਕੇ ਖੜ੍ਹਾ ਹੋਇਆ ਅਹਿਮਦ ਸ਼ਾਹ ਅਬਦਾਲੀ ਕਹਿਣ ਲੱਗਿਆ ਸਿੰਘੋ ਮੈਂ ਤੁਹਾਡੇ 'ਤੇ ਖੁਸ਼ ਹਾਂ ਅਤੇ ਜੇ ਤੁਸੀਂ ਮੇਰੀ ਫੌਜ ਵਿੱਚ ਭਰਤੀ ਹੋ ਜਾਵੋ ਜੋ ਮੂੰਹ ਮੰਗਿਆ ਮੰਗੋਗੇ ਮੈਂ ਤੁਹਾਨੂੰ ਦੇਣ ਲਈ ਤਿਆਰ ਹਾਂ ਮੈਨੂੰ ਨਹੀਂ ਪਤਾ ਸੀ ਸਿੰਘ ਇੱਦਾਂ ਦੇ ਹੁੰਦੇ ਆ ਹਾਠੂ ਸਿੰਘ ਅਤੇ ਬਾਗੜ ਸਿੰਘ ਨੇ ਕਿਹਾ ਸਿੰਘ ਕਿਸੇ ਅੱਗੇ ਵਿਕਦੇ ਨਹੀਂ ਸਿੰਘ ਗੁਰੂ ਦੇ ਨੇ ਗੁਰੂ ਲਈ ਲੜਦੇ ਨੇ ਅਤੇ ਇਹਨੇ ਗੁੱਸਾ ਖਾਧਾ ਸਾਡੇ ਪੁਰਾਤਨ ਗ੍ਰੰਥਾਂ ਵਿੱਚ ਲਿਖਿਆ ਤਬੈ ਸ਼ਾਹ ਬਹੁ ਗੁੱਸਾ ਖਾਈ ਦੂਜੇ ਹਾਥੀ ਟੰਗ ਦੂਜੀ ਬੰਧਾਈ ਦੋਹਰਾ ਦੋ ਵੱਲ ਦੋ ਗਜ ਲਾਗੇ ਸਿੰਘ ਮੱਧ ਦਿਓ ਬੰਧਾਏ ਦਿਓ ਚਰਾਏ ਇਮ ਰੋਬਰੋ ਸਾਹੇ ਸੋ ਗੁੱਸਾ ਖਾਏ ਦੋਨਾਂ ਸਿੰਘਾਂ ਨੂੰ ਹਾਠੂ ਸਿੰਘ ਨੂੰ ਅਤੇ ਬਾਗੜ ਸਿੰਘ ਨੂੰ
हाथियों के नाल लत्तां नूं बन के विचारे तो चीर के शहीद किया गया, दो टोटे करके शहीद किया गया। सो इस तरीके दियां होर वीडियो लेके तुहाडे कोल आ रहे हैं जी, हर रोज़ एक वीडियो शहीदां दी लेके आवांगे। तुसी साडे चैनल नूं सबसक्राइब करो, लाइक करो, ताकि हर पहली वीडियो तुहाडे तक पहुँच सके जी। तुहाडा अपना वीर भगवान सिंह खोजी, वाहिगुरू जी का खालसा, वाहिगुरू जी की फतेह।